ਕਰਵਾਇਆ ਮੇਰੇ ਘੱਟੋ ਘੱਟ ਇੱਕ ਘੰਟਾ ਹੋ ਗਿਆ ਗਰਾਊਂਡ ਖਾਲੀ ਹੋਏ ਨੂੰ ਕਰਵਾ ਦੋ ਮੈਚ ਬੈਸਟ ਵਾਲਾ ਵੀਰ ਬਣ ਕੇ ਜਿਹਨਾਂ ਦੀ ਡਿਊਟੀ ਆ ਉਹ ਵੀ ਬੈਸਟ ਵੀ ਕਰ ਦੇਣਾ ਤੇ ਸਾਡੇ ਵੀਰ ਗੁਰੀ ਵਾਸੀ ਦਾ ਲਾਡੀ ਸੰਧੂ ਦਾ ਪਰਮਿੰਦਰ ਬੈਨੀਪਾਲ ਦਾ ਦੌਲਤ ਰਿਜ਼ੋਰਟ ਦਾ ਗੁਰਜਿੰਦਰ ਸਿੰਘ ਸੋਨੇ ਦਾ ਹਰਿੰਦਰ ਸਿੰਘ ਘੜੂਆ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਜੀ ਆਖਾਂਗੇ ਜੰਡ ਪ੍ਰੀਆ ਕਹਿੰਦੇ ਵੀ ਹਰਪ੍ਰੀਤ ਸਿੰਘ ਵਜਿਆ ਹੋਇਆ ਹੈ ਨਾ ਤੇ 10 ਮਾਰਚ ਜੰਡਪੁਰ ਦੇ ਵੱਡੇ ਕਬੱਡੀ ਕੱਪ ਦੀ ਹੈ ਲਓ ਸਿਰੇ ਦੇ ਮੈਚ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਬਾਬਾ ਗਾਜੀ ਦਾਸ ਧਨੌਰੀ ਵਰਸੇ ਜਮਨਾਣਾ ਲੜੀਆਂ ਚੀਪਾਂ ਦੇ ਫੈਸਲੇ ਹੋਣਗੇ ਚੋਟੀ ਦਾ ਮੈਚ ਖੇਡਿਆ ਜਾਊਗਾ ਕਿ ਜਾ ਕੁੜੀਏ ਤੇਰੀ ਝਾਂਚਰ ਬਣ ਜਾ ਨਾਲ ਨਾਲ ਤੇਰੇ ਤੁਰਨਾ ਜਾਂ ਮਿੱਤਰਾਂ ਨੇ ਕੋਕਾ ਬਣਨਾ ਜਾਂ ਬਣ ਜਾਣਾ ਸੁਰਮਾ ਜਾਂ ਫਿਰ ਪੱਕੇ ਬਣ ਹੀ ਜਾਵਾਂਗੇ ਗਾਨੀ ਤੇਰੀ ਦੇ ਮਣ ਕੇ ਤੇ ਹੁਣ ਤੈਨੂੰ ਟੱਕਰਾਂਗੇ ਸੱਜਰੇ ਸ਼ਰੀਕ ਤੇਰੇ ਬਣ ਕੇ ਜੱਗੂ ਹੋਰ ਚੱਕ ਕੇ ਤਾਂ ਮੈਂ ਖਿਡਾਉਣਾ ਤੁਰਿਆ ਇਹਨਾਂ ਨੂੰ ਤੇਰੇ ਸਾਹਮਣੇ ਇੱਕ ਡੇਢ ਘੰਟਾ ਹੋ ਗਿਆ ਤੈਨੂੰ ਆਪ ਹੀ ਪਤਾ ਵੀਰ ਹੈ ਤੂੰ ਸਾਡਾ ਯਾਦਵਿੰਦਰ ਯਾਦ ਹੀ ਕਰ ਲੈ ਬਾਈ ਬਹੁਤ ਬਹੁਤ ਧੰਨਵਾਦ ਹੈ ਯਾਦਵਿੰਦਰ ਜੀ ਹੁਣ ਸਨਮਾਨ ਤੁਸੀਂ ਫੜਾ ਦਿਓ ਦੋਨੋਂ ਟੀਮਾਂ ਨੋਟ ਕਰ ਲਿਓ 25-25 ਕਬੱਡੀਆਂ ਨੇ ਟੋਟਲ 50 ਪੁਆਇੰਟਾਂ ਦੇ ਮੈਚ ਬੰਦ ਹੋਣਾ ਹੈ ਕੋਈ ਰਿਵਿਊ ਨਹੀਂ ਦੋਨੋਂ ਟੀਮਾਂ ਨੋਟ ਕਰ ਲਿਓ ਰਿਵਿਊ ਬਿਲਕੁਲ ਬੰਦ ਹੈ ਇਹ 25-25 ਕਬੱਡੀਆਂ ਨੇ ਟੋਟਲ 50 ਪੁਆਇੰਟਾਂ ਦੇ ਪੂਰੇ ਹੋਣ ਤੋਂ ਬਾਅਦ ਮੈਚ ਬੰਦ ਹੋਵੇਗਾ ਬਹੁਤ ਤਕੜਾ ਫਾਈਨਲ ਵਰਿੰਦਰ ਵੱਲੋਂ ਬਾਜਰਾ ਤੇ ਨਾਲ ਇਹ ਤੁਸੀਂ ਬੱਲੇ ਮੁਕਾਬਲਾ ਗੜਗੜ ਸੂਰੇ ਡ੍ਰੀਮ ਹੋਮਸ ਦੇ ਸਾਡੇ ਵੀਰ ਕਾਲੇ ਵਾਸੀ ਦਾ ਕਰਨਵੀਰ ਵਾਸੀ ਦਾ ਬਹੁਤ ਵੱਡਾ ਕਬੱਡੀ ਕੱਪ ਕਰਵਾਇਆ ਪਿਛਲੇ ਦਿਨੀ 12-13 ਫਰਵਰੀ ਨੂੰ ਬੱਲੋ ਮਾਜਰੇ ਦੇ ਵਿੱਚ ਅਗਲੇ ਵਰੇ ਐਲਾਨ ਕਰ ਦਿੱਤਾ ਵੀ ਨਵੀਆਂ ਸਵਿਫਟ ਗੱਡੀਆਂ ਦਿੱਤੀਆਂ ਜਾਣਗੀਆਂ ਬੱਲੋ ਮਾਜਰੇ ਦੇ ਕਬੱਡੀ ਕੱਪ ਤੇ ਪਰ ਗੁਰੀ ਵਾਸੀ ਦੇ ਕਬੱਡੀ ਕੱਪ ਤੇ ਸਕਾਰਪੀਓ ਗੱਡੀਆਂ ਦਿੱਤੀਆਂ ਜਾਣਗੀਆਂ ਲਓ ਪਹਿਲੀ ਰੇਡ ਨੌਜਵਾਨ ਹਰਮਨ ਬੁਲਟ ਖੀਰਾਵਾੜੀ ਦੀ ਧਰਤੀ ਦਾ ਆਹ ਜ਼ਿਲ੍ਹੇ ਕਪੂਰਥਲੇ ਦਾ ਰੇਡ ਪਾਉਂਡੀ ਬਣਿਆ ਹੋਇਆ ਹੈ ਮਨਾਣੇ ਪਿੰਡ ਦੇ ਚਾਰ ਜਾਫੀ ਸਾਹਮਣੇ ਤਿਆਰੀ ਦੇ ਵਿੱਚ ਨੇ ਆਹ ਚਾਰਾਂ ਦੇ ਵਿੱਚ ਵੇਖਿਆ ਵੀ ਨਾਥੀਆਣੀ ਅੰਮ੍ਰਿਤ ਰੋਕਣ ਲਈ ਜਦੋ ਜਹਿਦ ਕਰਦਾ ਹੋਇਆ ਪਰ ਪਹਿਲਾ ਪੁਆਇੰਟ ਧਾਵੀ ਦਾ ਰਵੀ ਗੁਰਮੁਖਾ ਟਿੱਡਾ ਆ ਗਿਆ ਰੇਡ ਤੇ ਲਓ ਸਾਹਮਣੇ ਟਿੱਡਾ ਭੜਾਰ ਸੋਨੇ ਦੀ ਧਰਤੀ ਦਾ ਕਬੱਡੀ ਪਾ ਰਿਹਾ ਹੈ ਵੇਖੋ ਟਿੱਡੇ ਦੀ ਰੇਡ ਤੇ ਜੱਗੂ ਹੈ ਜੱਗੂ ਤੇ ਟਿੱਡਾ ਟਿੱਡਾ ਤੇ ਜੱਗੂ ਹਾਕ ਮਾਲੀਆ ਤੇ ਭੜਾਰ ਸੋਨੇ ਵਾਲਾ ਭੱਜ ਤੁਰ ਰਿਹਾ ਹੈ ਲਓ ਭੜਾਰ ਦੀ ਟੀਮ ਦੀ ਬੇਨਤੀ ਹੈ ਗਰਾਊਂਡ 'ਚ ਰਸ਼ ਬਹੁਤ ਹੈ ਜੱਗੂ ਦੇ ਦੋ ਜਫੇ ਤਿਆਰ ਦੇ ਭਾਈ ਗੁਰੀ ਵਾਸੀ ਗਰਾਊਂਡ 'ਚ ਰਸ਼ ਘਟਾਓ ਬੇਨਤੀ ਹੈ ਅਮਨ ਸਿੱਧੂ ਛੱਜੂ ਮਾਜਰਾ ਜਿਹੜੇ ਵੀਰਾਂ ਦਾ ਗਰਾਊਂਡ 'ਚ ਕੋਈ ਕੰਮ ਨਹੀਂ ਪਲੀਜ਼ ਉਹ ਬੈਠ ਜਾਣ ਲਾ ਚੋਟੀ ਦੇ ਮੈਚ ਦੀ ਸ਼ੁਰੂਆਤ ਹੋਈ ਹੈ ਆਓ ਕਬੱਡੀ ਦਾ ਉਡਣਾ ਸੱਪ ਫਕੀਰ ਹੁਸੈਨ ਦਾ ਪੋਤਾ ਦੂਸਰੇ ਬੰਨੇ ਜਟਾਣੇ ਵਾਲਾ ਤੇ ਸ਼ਾਜੀ ਜਟਾਣੇ ਵਾਲਾ ਤੇ ਸ਼ਾਜੀ ਆ ਬੱਲੇ 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 ਇਹ ਕਬੱਡੀ 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 ਆਓ ਸਾਹਮਣੇ ਸਿਰਾ ਲਾ ਗਿਆ ਹੈ ਆ ਜਟਾਣਿਆਂ ਵਾਲਾ ਕਵੀਰਾ ਸਿਰਾ ਲਾ ਗਿਆ ਹੈ ਆਖਰੀ ਰੇਡ ਪਾਉਣੀ ਬੁਲਟ ਫਿਰ ਤਿਆਰ ਹੈ ਨੌਜਵਾਨ ਪੱਟਾਂ ਤੇ ਥਾਪੀਆਂ ਮਾਰਦਾ ਫਿਰਦਾ ਹੈ ਇੱਕ ਵੱਖਰਾ ਅੰਦਾਜ਼ ਹੈ ਇੱਕ ਵੱਖਰਾ ਸਟਾਈਲ ਹੈ ਇੱਕ ਵੱਖਰੀ ਸ਼ਾਨ ਪੰਜਾਬੀਆਂ ਦੀ ਇੱਥੇ ਜੰਮਦੇ ਨੇ ਗੱਭਰੂ ਸ਼ੈਲ ਵਾਂਗੇ ਰੰਗ ਛੱਡਣ ਵਿੱਚ ਮੈਦਾਨ ਦੇ ਦੇਸ਼ ਵਿਦੇਸ਼ ਵਿੱਚ ਖੇਡਦੇ ਕਹਿਰ ਬਣ ਕੇ ਆਹ ਲੋਕੋ ਦੇਸ਼ ਵਿਦੇਸ਼ ਵਿੱਚ ਖੇਡਦੇ ਮੁੰਡੇ ਕਹਿਰ ਬਣ ਕੇ ਆਹ ਪੰਡਾਰ ਦੋਨੇ ਵਾਲਾ ਟਿੱਡਾ ਰੇਡ ਪਾ ਰਿਹਾ ਜਤਿੰਦਰ ਜੱਟ ਦਾ ਤੇ ਪਰਮਿੰਦਰ ਬੈਨੀਪਾਲ ਦਾ ਦਿਲੋਂ ਧੰਨਵਾਦ ਹੈ ਆਹ ਪਈ ਹੋਈ ਰੇਡ ਤੇ ਵੇਖਦੇ ਵੀ ਜਟਾਣਿਆਂ ਵਾਲਾ ਫਿਰ ਰੋਕਣ ਲਈ ਜਦੋਂ ਜਹਾਦ ਕਰ ਰਿਹਾ ਆਹ ਮੁਕਾਬਲਾ ਡੀ ਦੇ ਦਰਮਿਆਨ ਕਬੱਡੀ 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 ਵਾਹ ਟਿੱਡਿਆ ਭਾਵੇਂ ਮੁੰਡਿਆ ਤੇਰੀਆਂ ਟਰਨਾਂ ਅਮਰ ਕਹਿੰਦਾ ਜੱਗੂ ਦੇ ਦੋ ਜਫੇ ਛੱਜੂ ਮਾਜਰੀ 1000 ਦੇ ਜੈਜੀ ਤੇ ਹੈਪੀ ਹੈਪੀ ਸਾਡੇ ਵੀਰ ਇਹਨਾਂ ਵੱਲੋਂ 500 ਦਾ ਇੱਕੋ ਜੱਫਾ ਜੱਗੂ ਦਾ ਲਓ ਸਿਰੇ ਦਾ ਮੈਚ ਹੈ ਕੋਚ ਤੇ ਬਿਨਾ ਕੋਚ ਤੋਂ ਬਾਈ ਜੱਗੀ ਯਾਦਵਿੰਦਰ ਜੀ ਦਿਓ ਮੇਰਾ ਵੀਰ ਬਣ ਕੇ ਟਾਈਮ ਹੁਣ ਯਾਦਵਿੰਦਰ ਪਲੀਜ਼ ਯਾਰ ਬਣਾ ਆਏ ਸਾਡਾ ਤੂੰ ਬਾਈ ਕੋਚ ਤੋਂ ਬਿਨਾ ਕੋਈ ਨਾ ਗਰਾਊਂਡ ਚ ਰਵੇ ਇਹ ਮੇਰੀ ਬੇਨਤੀ ਹੈ ਗਰਾਊਂਡ ਖਾਲੀ ਹੈ ਸਾਰੇ ਜਿਹੜੇ ਨੇ ਦੋ ਦੋ ਚਾਰ ਚਾਰ ਲੱਖ ਦਿੱਤਾ ਨਾ
ਉਹ ਸਾਰੇ ਬਾਹਰੇ ਖੜ ਕੇ ਵੇਖ ਰਹੇ ਨੇ, ਇਹ ਵੀਰ ਨੇ ਸਾਡੇ ਨਾ ਮੈਦਾਨ ਦੇ ਵਿੱਚ ਸਿਲੇ ਕਬੱਡੀ ਪੈ ਰਹੀ ਹੈ, ਹੁਣ ਵੇਖਦੇ ਵੀ ਕੌਣ ਡੱਕੂਗਾ, ਕੌਣ ਹੰਦੇ ਦੂਰ ਕਰੂਗਾ। ਆਹ ਹਾਕਮਾ ਜਿਹਾ ਤਿਆਰ ਹੈ, ਨਾਲ ਕਲਵੀਰ ਚਟਾਣੇ ਵਾਲਾ ਹੈ, ਨਾਲ ਸਾਹਮਣੇ ਕੀਤੀ ਟਰਾਈ ਕੀਤੀ ਟਰਾਈ ਤੇ ਅੱਕ ਰੇਡਰ ਦੇ ਇਸੇ ਬਲਕਾਰ ਭੰਗੂ ਭਗਤ ਮਾਜਰੀ ਭਾਈ ਤਾੜੀਆਂ ਮਾਰ ਦੋ ਖਣ ਕੇ ਸਿਰੇ ਤੋਂ। ਉਦੋਂ ਟੀ ਵੀ ਆਈ ਟ੍ਰੈਵਲ ਵਾਲੇ ਨੇ ਐਲਾਨ ਕਰ ਦਿੱਤਾ ਵੀ ਜੱਗੂ ਦਾ ਹਰ ਇੱਕ ਜਫਾ ਜਿਹੜਾ ਉਹ 1000 ਦਿੱਤਾ ਜਾਵੇਗਾ। ਹਾਕਮ ਵਾਲੀਏ ਜੱਗੂ ਦੇ ਹਰ ਇੱਕ ਜਫੇ ਤੇ 1000 ਰੁਪਿਆ। ਆਹ ਹਰਮਨ ਬੁਲਟ ਨੇ ਸ਼ੁਰੂ ਦੇ ਵਿੱਚ ਬੈਸਟਾਂ ਵਾਲੀਆਂ ਪਾਉਣ ਵਾਲੀ ਗੱਲ ਕਰ ਦਿੱਤੀ ਹੈ। ਆਹ ਹਰਮਨ ਬੁਲਟ ਕਬੱਡੀ ਪਾ ਰਿਹਾ, ਚਾਰ ਜਾਫੀ ਨੇ ਜਿੱਥੇ ਚਾਰ ਜਾਫੀਆਂ ਦੇ ਵਿੱਚੋਂ ਨੌਜਵਾਨ ਭੋਡਾ ਸੁਪਿੰਦਰ ਪਰ ਮੁੰਡਾ ਸ਼ਰਮਾ ਅੰਮਾ ਖਿਆਰੀਆ ਫੜਿਆ ਗੁੱਟ ਲੱਗਿਆ ਹੋਇਆ ਜ਼ੋਰ ਆਹ ਕਬੱਡੀ ਸਾਹਮਣੇ ਵੇਖੋ ਬੁਲਟ ਦੇ ਵਿੱਚ ਅੰਨੀ ਜਾਨ ਹੈ, ਅੰਨੀ ਜਾਨ ਹੈ। ਆਹ ਹਰਮਨ ਬੁਲਟ ਦੇ ਵਿੱਚ ਅੰਨੀ ਜਾਨ ਹੈ। ਸਾਡਾ ਵੱਡਾ ਬਾਈ ਸੋਨੂੰ ਗੈਲਬਨ ਕਾਰਲੈਂਡ ਮੋਹਾਲੀ, ਉਹਦੇ ਮਿੱਤਰ ਜਸੀ ਰਾਏ, ਮਨੀ ਭੱਟੀ, ਮਨੀ ਸਵਾਰਾ ਤੇ ਨਾਲ ਬਿੰਦੂ ਸਵਾਰਾ ਤੇ ਨਾਲ ਬੰਟੀ ਡਾਕਟਰ ਲੈ ਵੀ ਰਿਸ਼ਮੇ ਦਾ ਵੀਰ ਮਾਰਕੋ ਪਰਚੇ ਤੋਂ ਪਰਹੇਜ਼ ਰੱਖੀ ਇਧਰ ਮਨੀ ਤੇ ਟੱਕਰ ਨਹੀਂ ਤੇ ਮਨੀ ਦੇ ਉਹ ਤਾੜੀਆਂ ਆ ਤਨਾਰੀ ਵਾਲਾ ਮਨੀ ਸਿਰਾ ਲਾ ਗਿਆ, ਚੱਠੇ ਪਰਿਵਾਰ ਦਾ ਮਨੀ ਸਿਰਾ ਲਾ ਗਿਆ। ਉਧਰ ਸੁਖਵਿੰਦਰ ਸਾਡਾ ਵੀਰ ਤੇ ਦਵਿੰਦਰ ਖੱਟਾ ਤੇ ਸੁਖਵਿੰਦਰ ਬਾਈ ਦਾ ਦਿਲੋਂ ਧੰਨਵਾਦ ਆ। ਆਹ ਪਾਈ ਹੋਈ ਰੇਟ ਤੇ ਵੇਖ ਰਹੇ ਬਈ ਮਨ ਸਿੰਘ ਦੁਲਤ ਖੇਡ ਕਬੱਡੀ ਦਾ ਵੱਡਾ ਮਾਲ ਹੈ, ਮਨ ਸਿੰਘ ਦੁਲਤ ਇੱਕ ਤਕੜਾ ਬੈਟ ਜੁੜ ਗਿਆ। ਸ਼ਹਿਯਾਦ ਸ਼ਹਿਯਾਦ ਇਸ ਵੀ ਰੇਟ ਪਾਉਣ ਲਈ ਫਿਰ ਸ਼ਹਿਯਾਦ ਅਲੀ ਵੱਧ ਗਿਆ ਉਸਤਾਦ। ਅੱਜ ਬਾਬਾ ਗਾਜੀ ਦਸਤ ਲਾਹੌਰੀ ਦੀ ਟੀਮ ਸਰਦਾਰ ਮਹਿੰਦਰ ਸਿੰਘ ਜੀ ਸੁਹਾਣਾ ਸਾਹਿਬ ਦੀ ਬਦਾਲਤ ਦੁਨੀਆ ਦੇ ਵੱਡੇ ਮਨ ਪੁੱਜੇ ਆ ਤੇ ਮਨਾਰੇ ਦੀ ਟੀਮ ਬਾਈ ਦਵਿੰਦਰ ਚੰਦੂ ਹੋਰਾਂ ਵੱਲੋਂ, ਜੀਤੂ ਬਿਹੜ ਹੋਰਾਂ ਵੱਲੋਂ, ਬਾਈ ਸਾਡੇ ਸੋਨੀ ਕਲਾਰ ਹੋਰਾਂ ਵੱਲੋਂ ਬਹੁਤ ਬਹੁਤ ਧੰਨਵਾਦ ਇਹਨਾਂ ਭਰਾਵਾਂ ਦਾ। ਮਨਾਣਾ ਤੇ ਬਾਬਾ ਗਾਜੀ ਦਸਤ ਲਾਹੌਰੀ ਦੀ ਚੋਟੀ ਦੀ ਟੱਕਰ ਹੈ। ਲਓ ਸਾਹਮਣੇ ਵੇਖੋ ਮੈਦਾਨ ਦੇ ਵਿੱਚ ਹਰਮਨ ਸਿੰਘ ਬੁਲਟ, ਇਹਨੇ ਬੁਲਟ ਵੀ ਜਿੱਤੇ ਹੈ, ਇਹਨੇ ਗੱਡੀਆਂ ਵੀ ਜਿੱਤੀਆਂ, ਇਹਨੇ ਦੇਦਨਾ ਤੋਂ ਲੰਮੀ ਥਾਰ ਜਿੱਤੀ ਹੈ, ਜਿਹਨੇ ਹੁਣ ਕਬੱਡੀ ਪਾ ਦਿੱਤੀ ਹੈ। ਲਓ ਵੇਖੋ ਸਾਹਮਣੇ ਮੈਦਾਨ ਦੇ ਵਿੱਚ ਇਸੇ ਅੰਕ ਚਾਫੀਆਂ ਦਾ ਅੰਕ ਚਾਫੀਆਂ ਦੇ ਇਸੇ ਜੁੜ ਚੁੱਕਾ ਹੈ। ਲਓ ਸਿਰੇ ਦੀ ਟੱਕਰ ਹੈ। ਲਓ ਸ਼ਹਿਯਾਦ ਅਲੀ ਦੀਆਂ ਤਿੰਨ ਕਬੱਡੀਆਂ ਤੇ ਮੋਹਣੀ ਸਰਪੰਚ ਬੜਾਉਦੀ ਤੇ ਸੁਖਾ ਬੈਨੀਪਾਲ ਸ਼ੇਖਪੁਰੀਆ 1000 ਦਾ ਐਲਾਨ ਕਰ ਦਿੱਤਾ ਹੈ। ਬਾਈ ਦਾ ਦਿਲੋਂ ਧੰਨਵਾਦ ਹੈ। ਐਲ ਐਸ ਪ੍ਰਾਪਰਟੀ ਖੜ ਵਾਲਿਆਂ ਦਾ ਧੰਨਵਾਦ ਕੀਤਾ ਜਾਂਦਾ ਹੈ, ਜਤਿੰਦਰ ਜੱਟ ਦਾ ਤੇ ਨਾਲ ਪਰਮਿੰਦਰ ਬੈਨੀਪਾਲ ਕਰਤਾਰਪੁਰੀਆ ਦਾ ਦਿਲੋਂ ਧੰਨਵਾਦ ਹੈ। ਅੱਜ ਦੇ ਇਸ ਕਬੱਡੀ ਕੱਪ ਦੇ ਵੱਡੇ ਸਪਾਂਸਰ ਨੇ ਸੋਨੂੰ ਮੈਦਵਾਨ ਕਾਰ ਟ੍ਰੈਂਡਸ ਵਾਲਿਆਂ ਦਾ ਦਿਲੋਂ ਧੰਨਵਾਦ ਹੈ, ਜਿਨ੍ਹਾਂ ਦੇ ਵੱਡੇ ਯੋਗਦਾਨ ਹੈ। ਅੱਜ ਜੀਪਾ ਅਗਲੇ ਹਰੇ ਰਾਜੂ ਬੇਟਾ ਪੀਤੇ ਜੱਜੀ ਨੇ ਵੀ ਲਾਇਆ ਹੋਇਆ ਮੇਰੇ ਵੀਰੋ 500 ਔਰ ਸਾਹਮਣੇ ਇਹ ਐਸ ਆਜ਼ਾਦ ਅਲੀ ਪੁਆਇੰਟ ਦਾ ਵੱਧ ਆਪਦੀ ਟੀਮ ਦੇ ਇਸੇ ਜੋੜ ਚੁੱਕਾ ਹੈ। ਜਤਿੰਦਰ ਜੱਟ ਮੁੱਲਾਪੁਰੀਆ ਮਾਣ ਹੈ ਸਾਡੀ ਜ਼ਿੰਦਗੀ ਦਾ, ਵੀਰ ਭੂਰੀ ਹੋਰੀ ਜੋਤ ਹੋਰੀ ਸਾਰੇ ਹੀ ਪੁੱਜੇ ਹੋਏ ਹੈ। ਬਾਈ ਬੱਲੀ ਹੋਰਾਂ ਦਾ ਧੰਨਵਾਦ ਹੈ। ਲਓ ਸਾਹਮਣੇ ਮੈਦਾਨ ਦੇ ਵਿੱਚ ਇਸੇ ਲਈ ਪੈਂਦੀ ਰੇਡ, ਆਹ ਪੁਆਇੰਟ ਦਾ ਵੱਧ ਹੈ ਇਸੇ ਲਈ ਧਾਵੀ ਜੋੜ ਗਿਆ ਪਰਮਿੰਦਰ ਬੈਨੀਪਾਲ ਕਰਤਾਰਪੁਰੀਆ। ਆਹ ਚੋਟੀ ਦਾ ਪ੍ਰਮੋਟਰ ਹੈ ਸਾਡੀ ਖੇਡ ਕਬੱਡੀ ਦਾ। ਆਹ ਹਰ ਥਾਂ ਹਰ ਇੱਕ ਵੱਡੇ ਕੱਪ ਦੇ ਇਲਾਕੇ ਦੇ ਵਿੱਚ ਵੱਡਾ ਸਹਿਯੋਗ ਹੁੰਦਾ ਮੇਰੇ ਵੀਰਿਓ, ਭਾਵੇਂ ਗੱਲ ਮੌਲੀ ਦੇ ਕੱਪ ਦੀ ਹੈ, ਆਹ ਭਾਵੇਂ ਗੱਲ ਮੇਰੇ ਵੀਰਿਓ ਮਨਾਣੇ ਦੇ ਕੱਪ ਦੀ ਹੈ, ਭਾਵੇਂ ਗੱਲ ਅੱਜ ਬੱਲੋ ਮਾਜਰੇ ਦੇ ਕੱਪ ਦੀ ਹੈ। ਰੇਡ ਪੈ ਗਈ ਤੇ ਦੂਸਰੇ ਬੰਨੇ ਵੇਖੋ ਕਲਵੀਰਾ ਚਟਾਣੇ ਦਾ, ਆਹ ਜਾਫੀ ਟਕਾਣੇ ਦਾ, ਪਰ ਸ਼ਹਿਯਾਦ ਅਲੀ ਵੀ ਆਹ ਅੱਜ ਬਾਟਾ ਬੜਦਾ ਬਾਟਾ ਬੜਦਾ ਬਾਟਾ ਬੜਦਾ ਆਹ ਬਾਟਾ ਬੜਦਾ ਤੁਰਿਆ ਜਾਂਦਾ ਹੈ ਤੇ ਅੰਕ ਆਪਦੀ ਟੀਮ ਦੇ ਇਸੇ ਜੋੜ ਚੁੱਕਾ ਹੈ। ਭਾਈ ਜੇ ਮੈਚ ਦਾ ਨਜ਼ਾਰਾ ਹੁੰਦਾ ਇੱਕ ਵਾਰ ਤਾੜੀਆਂ ਦੋਨੋਂ ਟੀਮਾਂ ਦੇ ਨਾਂ ਦੀਆਂ ਮਾਰ ਕੇ ਦੱਸ ਦਿਓ। ਤੁਹਾਡਾ ਬਹੁਤ ਬਹੁਤ ਧੰਨਵਾਦ ਹੈ, ਮੁੰਡਿਆਂ ਦੇ ਹੌਸਲੇ ਬੁਲੰਦ ਕਰਦੇ ਹੋ। ਆਹ ਹਰਮਨ ਬੁਲਟ ਅਗਲੀ ਰੇਡ ਪਾਉਣ ਲਈ ਫਿਰ ਤਿਆਰ ਹੈ। ਇਹ ਗੁਰਮੁਖ ਗੋਖੇ ਅਟਵਾਲ ਦਾ ਚਿਹੇਤਾ ਖਿਡਾਰੀ ਹੈ। ਆਹ ਪਾਈ ਹੋਈ ਰੇਡ ਤੇ ਵੇਖਦੇ ਵੀ ਡਬਲ ਟੱਚ ਦੇ ਨਾਲ ਧਾਵੀ ਨੇ ਇੱਕ ਹੋਰ ਤਕੜਾ ਪੈਟ ਜੋੜ ਦਿੱਤਾ ਹੈ। ਪੰਡਾਰ ਦੋਨੇ ਵਾਲਾ ਟਿੱਡਾ, ਨੌਜਵਾਨ ਸਾਮਰਾਜਾ ਰੰਗ ਹੈ, ਉੱਡੂ ਉੱਡੂ ਕਰਦੀ ਜਵਾਨੀ ਹੈ, ਲੋੜਿਆਂ ਦਾ ਜੋਸ਼ ਹੈ। ਆਹ ਹੱਕ ਮਾਰੀਆ ਜੱਗੂ ਤਿਆਰ ਹੈ, ਝਾਰੀ ਤਿਆਰ ਹੈ, ਚੱਠੇ ਪਰਿਵਾਰ ਦਾ ਮਨੀ ਤਿਆਰ ਹੈ, ਨਾਲ ਜਟਾਣਿਆਂ ਵਾਲਾ ਤਿਆਰ ਹੈ। ਆਹ ਵੇਖਦੇ ਵੀ ਅਸਵੇ ਜੱਗੂ ਜੱਗੂ ਪਰ ਪ੍ਰਦੀਪ ਕੀ ਐਲਾਨ ਕਰਦਾ ਹੈ ਵੀ ਪੈਂਟ ਕਿਸ ਖਿਡਾਰੀ ਦੇ ਹਿੱਸੇ ਹੈ। ਆਹ ਵੇਖਦੇ ਵੀ ਪ੍ਰਦੀਪ ਜੱਜ ਕੀ ਐਲਾਨ ਕਰ ਗਿਆ ਹੈ। ਲਓ ਸਿਰੇ ਦਾ ਮੈਚ ਖੇਡਿਆ ਜਾ ਰਿਹਾ ਹੈ, ਸਿਰੇ ਦੀ ਟੱਕਰ ਹੈ ਦੋਨੋਂ ਟੀਮਾਂ ਦੇ ਦਰਮਿਆਨ। ਹਰਵਿੰਦਰ ਸਿੰਘ ਜੀ ਘੜੂਆਂ ਸਾਡਾ ਵੀਰ ਕਹਿੰਦੇ ਇਸੇ ਨਗਰ ਦੇ ਜਵਾਈ ਭਾਈ ਵੀ ਨੇ, ਉਹਨਾਂ ਦਾ ਧੰਨਵਾਦ ਹੈ। ਮਨਾਣੇ ਵਾਲਾ ਜੀਤੀ ਤੇ ਨਾਲ ਮਨਾਣੇ ਪਿੰਡ ਦੇ ਸੋਨੂੰ ਨੇ ਐਲਾਨ ਕਰ ਦਿੱਤਾ ਹੈ ਵੀ ਸੁਪਿੰਦਰ ਮਨਾਣੇ ਦਾ ਹਰ ਇੱਕ ਜਫਾ ਜਿਹੜਾ 1000 ਦਾ ਹੋਵੇਗਾ। ਮਨਾਣੇ ਦੇ ਮੇਨ ਸਪਾਂਸਰ ਜਿੱਥੇ ਦਵਿੰਦਰ ਚਾਹਲ ਚੰਦੋ ਤੇ ਨਾਲ ਜੀਤੂ ਵਿਹੜ, ਕਰਮਵੀਰ ਵਿਹੜ ਤੇ ਸੋਨੀ ਮਾਸਕ ਕਲਾੜ ਵਾਲੇ ਇਸ ਟੀਮ ਦੇ ਮੇਨ ਸਪਾਂਸਰ ਹੈ। ਅੰਜੇ ਧਨੌਰੀ ਦੇ ਕਹਿੰਦੇ ਟੀਮ, ਆਹ ਦੂਜੇ ਪਾਸੇ ਬਾਬਾ ਗਾਜੀ ਦਾਸ ਅੰਜੇ ਹੋਣਾ ਦੀ ਟੀਮ ਹੈ। ਸਿਰੇ ਦਾ ਮੈਚ ਹੈ, ਆਹ ਲੰਡੀਆਂ ਜੀਪਾਂ ਜਿਹੜੇ ਬੈਸਟ ਬਣਗੇ। ਪਹਿਲਾ ਪ੍ਰਾਈਜ਼ 1,11,000, 111, ਦੂਜਾ ਪ੍ਰਾਈਜ਼ 88,888 ਦਿੱਤਾ ਜਾ ਰਿਹਾ। ਆਹ ਹਰਮਨ ਬੁਲਟ ਅੱਜ ਕਹਿੰਦੇ ਬੜੇ ਲੰਮੇ ਸਮੇਂ ਤੋਂ ਬਾਅਦ ਇਸ ਇਲਾਕੇ ਦੇ ਵਿੱਚ ਆਹ ਦੁਨੀਆਂ ਦਾ ਟੱਪਰ ਪੁੱਜਿਆ ਹੋਇਆ, ਜਿਹਦੀ ਡਿਮਾਂਡ ਹੈ ਦੁਨੀਆਂ ਦੇ ਵਿੱਚ। ਆਹ ਹਰਮਨ ਬੁਲਟ ਖੀਰਾ ਬਾਈਆ ਰੇਡ ਪਾਉਣੀ ਵਧਿਆ ਹੋਇਆ। ਆਹ ਕਬੱਡੀ 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 ਕਬੱਡੀ
ਕਰੀ ਵੇਖਦੇ ਵੀ ਪੁਆਇੰਟ ਧਾਵੀ ਦਾ ਗੁਰਮੁਖਾ ਚੱਕ ਲਾ ਲਓ ਸਾਹਮਣੇ ਪੁਆਇੰਟ ਬੁਲਟ ਜੋੜ ਗਿਆ ਆਪਦੀ ਟੀਮ ਦੇ ਸੇ ਪੁਆਇੰਟ ਬੁਲਟ ਨੇ ਜੋੜ ਦਿੱਤਾ ਲਓ ਸਜਾਦ ਅਲੀ ਦੋ ਪੱਟੇ ਮੰਨ ਸਾਡੀ ਖੇਡ ਕਬੱਡੀ ਦੇ ਇੱਕ ਹਰਮਨ ਬੁਲਟ ਹੈ ਉੱਧਰ ਸਜਾਦ ਵੀ ਫੇਰ ਵੇਰ ਕੇ ਪਾ ਰਿਹਾ ਸਜਾਦ ਵੀ ਫੇਰ ਵੇਰ ਕੇ ਪਾ ਰਿਹਾ ਉਹ ਚੱਗੂਆ ਹਾਕਮ ਵਾਲੇ ਤੋਂ ਸੱਦਿਆ ਹਾਕਮ ਵਾਲੇ ਤੋਂ ਸੱਦਿਆ ਜਾਂ ਫਿਰ ਕਹਿ ਚਟਾਣੇ ਵਾਲੇ ਨੂੰ ਲਓ ਸਾਹਮਣੇ ਸ਼ਾਜੀ ਤੇ ਕਲਵੀਰ ਸ਼ਾਜੀ ਤੇ ਕਲਵੀਰ ਸ਼ਾਜੀ ਤੇ ਕਲਵੀਰ ਸ਼ਾਜੀ ਤੇ ਕਲਵੀਰ ਇਹ ਬੱਲੇ 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 ਆ ਸਾਹਮਣੇ ਵੇਖੋ ਫਕੀਰ ਹੁਸੈਨ ਦਾ ਪੁੱਤ ਤਾਂ ਹਵਾਵਾਂ ਨੂੰ ਗੰਢਾ ਦਿੰਦਾ ਤੁਰਿਆ ਜਾਂਦਾ ਹੈ ਹਵਾਵਾਂ ਨੂੰ ਉਸਤਾਦਾ ਗੰਢਾ ਦਿੰਦਾ ਤੁਰਿਆ ਜਾਂਦਾ ਗੰਢਾ ਦਿੰਦਾ ਫਿਰਦਾ ਮੁੰਡਾ ਕਹਿੰਦੇ ਹਵਾ ਨਾਲ ਗੱਲਾਂ ਕਰਦਾ ਫਿਰਦਾ ਆਹ ਮੁੰਡਾ ਹਵਾ ਨਾਲ ਗੱਲਾਂ ਕਰਦਾ ਫਿਰਦਾ ਹੈ ਆਹ ਰੇਡ ਪਾਉਣੀ ਹਰਮਨ ਬੁਲਟ ਫਿਰ ਤਿਆਰ ਹੈ ਬੜੀ ਫੁਰਤੀ ਹੈ ਬੜੀ ਚੁਸਤੀ ਹੈ ਆਹ ਅਮਰਤ ਦਾ ਮੁਕਾਬਲਾ 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 ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਹੈ ਹਰਮਨ ਬੁਲਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਹੈ ਆਹ ਹਰਮਨ ਬੁਲਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਹੈ ਹਰਪ੍ਰੀਤ ਧਨੋਰ ਤੇ ਹਰਸ਼ ਬੈਂਸ ਭਾਈ ਅੰਜਤ ਲਹੌਰੀ ਕਹਿੰਦਾ 17 ਤੇ 18 ਨੂੰ ਆਹ ਚੋਟੀ ਦਾ ਕੱਪ ਖੇਡਿਆ ਜਾਣਾ ਕੰਬਾਲੀ ਕੰਡਾਲੇ ਦੇ ਵਿੱਚ ਦੁਨੀਆ ਦੇ ਵੱਡੇ ਮਨ ਪੁੱਛਣੇ ਆ ਲਓ ਸਾਹਮਣੇ ਇਸ ਲਈ ਚਟਾਣੇ ਵਾਲਾ ਵੱਡਾ ਟਾਈਆਂ ਤੇ ਕਰ ਗਿਆ ਮੇਰੇ ਵੀਰੋ ਨਾ ਤੇ 10 ਤਰੀਕ ਹੈ ਛੰਡਪੁਰ ਪਿੰਡ ਦਾ ਵੱਡਾ ਕਬੱਡੀ ਕੱਪ ਹੈ ਪਹਿਲਾ ਪ੍ਰਾਈਜ 2.5 ਲੱਖ ਹੈ ਦੂਜਾ ਪ੍ਰਾਈਜ 2 ਲੱਖ ਪੈਸਟਾਂ ਨੂੰ ਆਲਟੋ ਗੱਡੀਆਂ ਦੇਣੀਆਂ ਤੇ ਖਾੜਾ ਲੱਗਣਾ ਗੱਡੀਆਂ 'ਚ ਵੱਜਦੇ ਆ ਗਾਣੇ ਮੇਰੀ ਜਾਨ ਦੇ ਭੈਣੀ ਵਾਲੇ ਭੈਣੀ ਵਾਲੇ ਭੈਣੀ ਵਾਲੇ ਖਾਨ ਦੇ ਆਹ ਭੈਣੀ ਵਾਲੇ ਭੈਣੀ ਵਾਲੇ ਭੈਣੀ ਵਾਲੇ ਖਾਨ ਦਾ ਖੁੱਲਾ ਖੜਾ ਛੰਡਪੁਰ ਦੇ ਵਿੱਚ 10 ਮਾਰਚ ਆਹ ਵੇਖਦਾ ਵੀ ਸਿਰਾ 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 ਆਹ ਸਿਰਾ ਲੱਗਣ ਜਾ ਰਿਹਾ ਆਹ ਸ਼ਰਮਾ ਮਾਖੇ ਵਾਲੀਆ ਭਾਈ ਤਾੜੀ ਮਾਰ ਦਿਓ ਮੁੰਡੇ ਦੇ ਨਾਲ ਵੀ ਸਿਰਾ ਲਾ ਗਿਆ ਆਹ ਨੌਜਵਾਨ ਸ਼ਰਮਾ ਸਿਰਾ ਤਰਾ ਗਿਆ ਹੈ ਅੱਜ ਦੇ ਇਸ ਕਬੱਡੀ ਕੱਪ ਦੇ ਵਿੱਚ ਇੱਕ ਜੀਪ ਸੋਨੂੰ ਬਾਦਬਾਣ ਕਾਰ ਟ੍ਰੈਂਡਸ ਤੇ ਰਵੀ ਮਲਹੋਤਰੇ ਵੱਲੋਂ ਦਿੱਤੀ ਜਾ ਰਹੀ ਹੈ ਤੇ ਦੂਜੀ ਜੀਪ ਜਿਹੜੀ ਉਹ ਸਾਡਾ ਵੀ ਸੁਖੀ ਅਸੇ ਵੀ ਆ ਸਰਬਸੇ ਵੀ ਆ ਤੇ ਟੀਟਾ ਸਪੇਨ ਵਾਲਾ ਉਹਨਾਂ ਵੱਲੋਂ ਦਿੱਤੀ ਜਾ ਰਹੀ ਹੈ ਆਹ ਵੇਖਦੇ ਵੀ ਨੌਜਵਾਨ ਇਸ ਵੇ ਮੈਦਾਨ ਦੇ ਵਿੱਚ ਸ਼ਹਿਯਾਦ ਅਲੀ ਸ਼ਹਿਯਾਦ ਅਲੀ 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 ਆ ਜੱਗੂ ਹਾਕਮ ਵਾਲੀਆ ਜੱਗੂ ਤੇ ਅਲੀ ਦੇ ਦਰਮਿਆਨ ਇੱਕ ਵੱਡੀ ਕਬੱਡੀ ਬੱਲੇ 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 ਆ ਤਾੜੀਆਂ ਉਹ ਬੰਦਾ ਵੱਜ ਰਿਹਾ ਆਉਂਦਾ ਨਜ਼ਾਰਾ ਆ ਦੁਨੀਆ ਖੁਸ਼ ਹੈ ਭੰਗੜੇ ਪੈਂਦੇ ਆ ਅੱਜ ਕਹਿੰਦੇ ਜੀਪਾਂ ਦਾ ਆ ਜੀਪਾਂ ਦਾ ਮੁਕਾਬਲਾ ਚੱਲ ਰਿਹਾ ਅਗਲੇ ਸਾਲ ਗੁਰੀ ਵਾਸੀ ਕਹਿੰਦਾ ਸਕਾਰਪੀਓ ਗੱਡੀਆਂ ਦੇਣੀਆਂ ਹੈ ਅਗਲੇ ਸਾਲ ਸਕਾਰਪੀਓ ਗੱਡੀਆਂ ਦਿੱਤੀਆਂ ਜਾਣਗੀਆਂ ਆਹ ਬੋਲਣ ਦੀ ਰੇਟ ਤੇ ਵੇਖਦੇ ਵੀ ਅਮਰਤ ਅਮਰਤ ਨਾਥੇ ਵਾਲੀਆਂ ਲੋਕ ਕੋਸ਼ਿਸ਼ ਕਰਦੇ ਆ ਪਰ ਧਾਵੀ ਨੇ ਤਕੜਾ ਪੈਂਟ ਜੋੜ ਦਿੱਤਾ ਲੈ ਵੀ ਗੁਰਮੁਖ ਸਿੰਘ ਕਰਦੇ ਸਿਫਤ ਲੈ ਵੀ ਰਾਜਾ ਜਦੋਂ ਜੱਗੂ ਦੇ 2 ਹੋ ਗਏ ਤਾਂ ਇੱਧਰ ਦੱਸਦੀ ਜ਼ਰੂਰ ਇੱਧਰੋਂ ਪੈਸੇ ਪ੍ਰਾਪਤ ਕਰ ਲਈ ਜਤਿੰਦਰ ਜੱਟ ਮੁੱਲਾ ਪਰਿਆ ਕਹਿੰਦਾ ਹਰਮਨ ਬੋਲਟ ਦੀਆਂ 3 ਰੇਟਾਂ 1000 ਦੀਆਂ ਤੇ ਦੂਸਰੀ ਸਹਿਰ ਸਜਾਦ ਅਲੀ ਦੀਆਂ 3 ਕਬੱਡੀਆਂ 1000 ਦੀਆਂ ਜਤਿੰਦਰ ਜੱਟ ਵੱਲੋਂ ਤੇ ਮਨੀ ਦਾ ਇੱਕ ਜਫਾ 1000 ਦਾ ਹੋਣਾ ਹੈ ਲਓ ਰੇਡੀ ਤੋਂ ਹੋਏ ਬੱਲੋ ਮਨੀ ਦੇ 2 ਜਫੇ 5000 ਦੇ ਇਹ ਜੱਗੂ 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 ਸਾਹਮਣੇ 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 ਮਾਨਸਾ ਵਾਲਾ ਆਹ ਪੁਆਇੰਟ ਦਾ ਵੱਧ ਆਪਦੀ ਟੀਮ ਦੇ ਸੇ ਜੋੜ ਚੁੱਕਾ ਹੈ ਉਹ ਜੱਗੂ ਦਾ ਜਫਾ ਕਿਹਨੂੰ ਕਿਹਨੂੰ ਵਧੀਆ ਲੱਗਿਆ ਦੱਸੋ ਇੱਕ ਵਾਰੀ ਆਹ ਦੁਨੀਆ ਖੁਸ਼ ਹੈ ਅੱਜ ਹਾਕਮ ਵਾਲੀਆ ਬੱਲੂ ਮਾਜਰੇ 'ਚ ਆਇਆ ਹੋਇਆ ਹੈ ਅੱਜ ਬੁਲਟ ਆਇਆ ਹੋਇਆ ਮਨ ਸਿਉ ਆਇਆ ਹੋਇਆ ਅੱਜ ਕਹਿੰਦੇ ਨੌਜਵਾਨ ਸ਼ਹਿਯਾਦ ਅਲੀ ਆਇਆ ਹੋਇਆ ਪੰਡਾਲ ਦੋਨੇ ਵਾਲਾ ਟਿੱਡਾ ਆਇਆ ਹੋਇਆ ਆਹ ਸ਼ਹਿਯਾਦ ਅਲੀ ਅਗਲੀ ਰੇਡ ਪਾਉਣੀ ਮੈਦਾਨ ਦੇ ਵਿੱਚ ਫਿਰ ਤਿਆਰ ਜੱਗੂ ਦੇ 2 ਹੋ ਗਏ ਸਾਡਾ ਵੀਰ ਅਮਨ ਸ਼ਜੂ ਮਾਜਰਾ 1000 ਰਾਜੇ ਤੱਕ ਪੁੱਜਦਾ ਕਰਦੇ ਹੋ ਲਓ ਮੈਦਾਨ ਦੇ ਵਿੱਚ ਵੇਖੋ ਰੇਡ ਪੈ ਰਹੀ ਹੈ ਲੈ ਵੀ ਰਜੇ ਸ਼ਰਪੀ ਧਨੋਆ ਤੇ ਹਰਸ਼ ਬੈਂਸ ਨੇ ਕੀ ਐਲਾਨ ਕਰਾਇਆ 5000 ਸੁਪਿੰਦਰ ਦਾ ਤੇ 5000 ਮਨੀ ਦਾ 2-2 ਜਫਿਆਂ ਦਾ ਸਰਪੰਚ ਮਨਮੋਹਨ ਸਿੰਘ ਜੀ ਮਾਫੀ ਮੇਰੀ ਬੇਨਤੀ ਵੀ ਇਸ ਰੇਡ ਤੋਂ ਪਹਿਲੇ ਸ਼ਹਿਯਾਦ ਦੀਆਂ 3 ਰੇਡਾਂ ਹੋਈਆਂ ਸੀ 1000 ਰੁਪਇਆ ਪੁੱਜਦਾ ਕਰਦੇ ਸੁਖਾ ਬੈਨੀਪਾਲ ਤੇ ਮੋਹਣੀ ਸਰਪੰਚ ਸਾਹਿਬ ਗਰਾਊਂਡ 'ਚ ਪੁੱਜਦਾ ਕਰਦੇ ਮਿਹਰਬਾਨੀ ਹੋਈ ਤੁਹਾਡਾ ਦਿਲੋਂ ਧੰਨਵਾਦ ਹੈ ਤੁਹਾਡਾ ਦਿਲੋਂ ਧੰਨਵਾਦ ਹੈ ਬਹੁਤ ਸਿਰੇ ਦਾ ਮੈਚ ਖੇਡਿਆ ਜਾ ਰਿਹਾ ਹੈ 10 ਤਰੀਕ ਚੰਡਪੁਰ ਦੇ ਕਬੱਡੀ ਕੱਪ ਦੀ ਹੈ ਨਵੀਂ ਆਲਟੋ 2.5 ਲੱਖ 2 ਲੱਖ ਮੇਜਰ ਲੀਗ ਦੇ ਸਟਾਰ ਖਿਡਾਰੀ ਪੁੱਜ ਰਹੇ ਹੈ 11 ਤਰੀਕ ਸੈਣੀ ਮਾਜਰੇ ਦੇ ਕਬੱਡੀ ਕੱਪ ਦੀ ਹੈ 12 ਤਰੀਕ ਮਾਨਕਾ ਫਗਵਾੜਾ ਤੇ 13 ਤਰੀਕ ਤੀੜੇ ਦੇ ਕਬੱਡੀ ਕੱਪ ਦੀ ਹੈ ਤੇ 14 ਤਰੀਕ ਜਿਹੜੀ ਗੋਬਿੰਦਗੜ੍ਹ ਦੇ ਵਿੱਚ ਬੈਸਟਾਂ ਨੂੰ 4 ਟੱਕਰ ਦਿੱਤੇ ਜਾਣਗੇ ਔਰ ਜਿੱਥੇ ਸਾਡੇ ਵੀਰ ਮੀਤ ਗੁਜਰ ਤੇ ਰਵੀ ਵਾਜਵੇ ਹੋਣੀ ਕਾਲੇ ਪੁਲਸੀ ਹੋਣੀ ਵੱਡਾ ਕਬੱਡੀ ਕੱਪ ਕਰਵਾ ਰਹੇ ਹੈ 16 ਤੇ 17 ਮਾਰਚ ਬਰੂਰ ਦੇ ਕਬੱਡੀ ਕੱਪ ਦੀ ਹੈ ਔਰ ਜਿੱਥੇ ਕਹਿੰਦੇ ਵੀ 18 ਮਾਰਚ ਕੁਮਾਰੀ ਕੰਡਾਰੇ ਦੇ ਕਬੱਡੀ ਕੱਪ ਦੀ ਹੈ 19 ਮਾਰਚ ਨਵੀਂ ਪਰ 20 ਮਾਰਚ ਕੁੰਬੜਾ 23 ਮਾਰਚ ਫਤਿਹਗੜ੍ਹ ਤੇ 24 ਮਾਰਚ ਤੀਵੜ ਦੇ ਵਿੱਚ ਕਬੱਡੀਆਂ ਬੈਠ ਗਈਆਂ ਤੇ 25 ਤੇ 26 ਮਾਰਚ ਅਨੰਦਪੁਰ ਸਾਹਿਬ ਦੀ ਧਰਤੀ ਤੇ ਪੱਟੀਆਂ ਰੌਣਕਾਂ ਲੱਗਣਗੀਆਂ ਰਾਜੇ ਪੰਜਾਬ ਦੇ ਜ਼ਿਲ੍ਹੇ ਦੀ ਚੈਂਪੀਅਨਸ਼ਿਪ ਖੇਡੀ ਜਾਵੇਗੀ ਜੱਗੂ ਵਾਲਾ 500 ਲੈ ਜੀ ਮਨੀ ਦੇ 2 ਜਫੇ 5000 ਦੇ ਸੁਪਿੰਦਰ ਦੇ 2 ਜਫੇ 5000 ਦੇ ਸਾਡਾ ਵੀ ਹਰਪ੍ਰੀਤ ਨੂੰ ਤੇ ਹਰਸ਼ ਬੈਂਸ ਇਹਨਾਂ ਭਰਾਵਾਂ ਵੱਲੋਂ 5-5 ਹਜ਼ਾਰ ਦੇ ਹੋਣਗੇ ਇੱਕ ਸਕਾਰਪੀਓ ਗੱਡੀ ਪਿੱਟੂ ਧਨੌਰੀ ਤੇ ਨਾਲ
ਕੇਂਦਰ ਸਰਪੰਚ ਇਹਨਾਂ ਭਰਾਵਾਂ ਵੱਲੋਂ ਇੱਕ ਸਕਾਰਪੀਓ ਦਿੱਤੀ ਜਾਣੀ ਹੈ। ਉਧਰ ਛੱਡ ਦੇ ਤਿੰਨ ਤਿੰਨਾਂ ਤੇ 1000 ਲਾਇਆ ਰਾਜਾ ਰੇਡਾਂ ਨੂੰ ਰੱਖੀ ਤੇ ਜੱਗੀ ਤੂੰ ਵੀ ਉਧਰ ਛਾਜੀ ਦੀਆਂ ਰੇਡਾਂ ਗਿਣ ਲਿਓ। ਤਿੰਨਾਂ ਤਿੰਨਾਂ ਤੇ 1000 ਲੱਗਿਆ। ਜਤਿੰਦਰ ਚੱਕ ਬੁੱਲਾਂ ਭਰੀਏ ਵੱਲੋਂ ਬੁਲਟ ਬੁਲਟ ਆ ਬੁਲਟ ਬੁਲਟ ਦੀ ਰੇਡ ਹੈ ਕਿ ਬੁਲਟ ਦੇ ਰੱਖਿਆ ਪਟਾਕੇ ਪਾਂਡੂ ਗੁਰਵਿੰਦਰ ਬਿਰਕ ਬਣੀ ਕਨੇਡਾ ਹਰਵਿੰਦਰ ਬਿਰਕ ਤੇ ਨਾਲ ਗੁਰਜੰਟ ਬਿਰਕ ਇਹ ਚਾਰ ਮਾਜਰੇ ਵਾਲੇ ਸਾਡੇ ਵੀਰਾਂ ਨੇ ਐਲਾਨ ਕਰ ਦਿੱਤਾ ਹੈ। ਅਗਲੇ ਵਰੇ ਜਦੋਂ ਵੱਲੋਂ ਮਾਜਰੇ ਦਾ ਕਬੱਡੀ ਕੱਪ ਹੋਵੇਗਾ ਤੇ ਸੈਕੰਡ ਪ੍ਰਾਈਜ਼ ਇਹਨਾਂ ਵੀਰਾਂ ਵੱਲੋਂ ਦਿੱਤਾ ਜਾਵੇਗਾ। ਇਹਨਾਂ ਵੀਰਾਂ ਦਾ ਦਿਲੋਂ ਧੰਨਵਾਦ ਹੈ। ਔਰ ਸ਼ਹਿਯਾਦ ਅਲੀ ਉਹਨਾਂ ਨਾਲ ਸੱਪ ਖੇਡ ਕਬੱਡੀ ਦਾ ਰੇਡ ਪਾਉਣ ਦੀ ਵਧਿਆ ਹੋਇਆ ਤੇ ਕਿਹੜਾ ਖਿਡਾਰੀ ਰੋਕਣ ਦਾ ਯਤਨ ਕਰੇਗਾ। ਲੈ 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 ਸਾਹਮਣੇ ਜੱਗੂ ਤੇ ਸਾਜੀ ਜੱਗੂ ਤੇ ਸਾਜੀ ਆਹ ਟੱਕਰ ਸਿਰੇ ਦੀ ਹੈ ਟੱਕਰ ਸਿਰੇ ਦੀ ਹੈ। ਗੁਰੀ ਵਾਸੀ ਕਹਿੰਦਾ ਮਾਣ ਹੈ ਜਤਿੰਦਰ ਜੱਟ ਮੁੱਲਾ ਪਰੀਏ ਤੇ ਵੀ ਜਿਹੜਾ ਕਹਿਤਾ ਮੂੰਹ ਚੋਂ ਹੋਈਓ ਬੋਲ ਪਕਾਉਂਦਾ ਸਾਡਾ ਵੀਰ ਹੋਈਓ ਬੋਲ ਪਕਾਉਂਦਾ ਆਹ ਬੁੱਟ ਦੀਆਂ ਰੇਡਾਂ ਤੇ 1000 ਲੱਗਿਆ ਜੱਟ ਵੱਲੋਂ। ਲਓ ਸਾਹਮਣੇ ਡਬਲ ਟੱਚ ਦਾ ਇਸ਼ਾਰਾ ਤੇ ਪੁਆਇੰਟ ਇਸ ਲਈ ਬੁਲਟ ਖੀਰਾ ਵਾਲੀ ਪਿੰਡ ਦਾ ਆਪਦੀ ਟੀਮ ਦੇ ਉਸੇ ਜ਼ੋਰ ਚੁੱਕਾ ਹੈ ਕਿ ਕੰਬਦੇ ਜੇ ਹੱਥ ਵੀਰੇ ਟਾਈਆਂ ਨਹੀਂ ਬੰਨ ਦੇ ਤੇ ਘੁੱਗੀ ਦੇ ਆਂਡਿਆਂ ਚੋ ਕਦੇ ਬਾਜ ਨਹੀਂ ਉਹ ਜੰਮਦੇ ਤੇ ਘੁੱਗੀ ਦੇ ਆਂਡਿਆਂ ਚੋ ਕਦੇ ਬਾਜ ਨਹੀਂ ਉਹ ਜੰਮਦੇ ਕਦੀ ਬਾਜ ਨਹੀਂ ਉਹ ਜੰਮਦੇ। ਰੇਡ ਪਾਉਂਦੀ ਨੌਜਵਾਨ ਫਿਰ ਸ਼ਹਿਯਾਦ ਅਲੀ ਆਹ ਵੇਖੋ ਸਾਹਮਣੇ ਬੋਲਿਆ ਹੋਇਆ ਤਾਵਾ ਜੱਗੂ ਵਰਗੇ ਔਰ ਨਾਲ ਉਹਦੇ ਸਾਥੀ ਤਿਆਰ ਹੈ ਆਹ ਮੁਕਾਬਲਾ ਫਿਰ ਸਖਤ ਹੈ। ਆਹ ਭਾਵੇਂ ਨੌਜਵਾਨਾਂ ਕਿ ਕਰੀ ਦੀ ਨਹੀਂ ਬਹੁਤੀ ਪ੍ਰਵਾਹ ਝੁੱਟਿਆ ਰੱਬ ਵੱਲੋਂ ਚੰਗਾ ਟਾਈਮ ਮਿੱਥਿਆ ਗਿਆ ਪਹੁੰਚਣਾ ਤਾਂ ਦੂਰ ਉੱਥੇ ਨਿਗਾਹ ਵੀ ਨਹੀਂ ਜਾਂਦੀ ਨੀ ਤੇਰੇ ਵਾਲਾ ਯਾਰ ਜਿੱਥੇ ਟਿਕਿਆ ਪਿਆ ਉਹ ਤੇਰੇ ਵਾਲਾ ਯਾਰ ਜਿੱਥੇ ਟਿਕਿਆ ਪਿਆ ਇਹ ਪਹੁੰਚਣਾ ਤੇ ਦੂਰ ਉੱਥੇ ਨਿਗਾਹ ਵੀ ਨਹੀਂ ਜਾਂਦੀ। ਹਰਮਨ ਵੇਖੋ ਸਾਹਮਣੇ ਫਰਤੀ ਦੇ ਨਾਲ ਆਹ ਜੁਰਤੀ ਦੇ ਨਾਲ ਮੁੰਡਾ ਕਹਿੰਦੇ ਜੁਰਤ ਦੇ ਨਾਲ ਕਬੱਡੀਆਂ ਪਾਉਂਦਾ ਹੈ ਆਹ ਜੁਰਤ ਦੇ ਨਾਲ ਕਬੱਡੀਆਂ ਪਾਉਣ ਵਾਲਾ ਹਰਮਨ ਬੁਲਟ ਐਸ ਵੀ ਰੇਡ ਪਾ ਰਿਹਾ ਹੈ ਉਡਾ ਤਿਆਰ ਹੈ ਆਹ ਨਾਲ ਸਾਥੀ ਤਿਆਰ ਨੇ ਆਹ ਇਹ ਨੌਜਵਾਨ ਪੰਮਾ ਕਹਿੰਦੇ ਮਨਾਰੇ ਵਾਲਾ ਕਬੱਡੀ ਕੱਪ ਦਾ ਫੋੜਦਾ ਜੇ ਤੁਰਿਆ ਰਾਜਾ 1000 ਲਾਇਆ ਬੁਲਟ ਦਾ ਤੇ ਜੱਗੀ 1000 ਲਾਇਆ ਸ਼ਾਜੀ ਦਾ ਤਿੰਨਾਂ ਤੇ 1000 ਲੱਗਿਆ ਸੀ ਜੱਟ ਮੁੱਲਾਪੁਰੀਏ ਵੱਲੋਂ। ਲਓ ਭੰਡਾਰ ਦੋਨੇ ਵਾਲਾ ਟੇਟਾ ਫੇਰ ਤਿਆਰ ਹੈ ਭੰਡਾਰ ਦੋਨੇ ਵਾਲਾ ਟੇਟਾ ਫੇਰ ਤਿਆਰ ਹੈ ਭਾਈ ਪਹਿਲਾਂ 1000 ਰੁਪਇਆ ਮੋਹਣੀ ਸਰਪੰਚ ਬੇਨਤੀ ਮੇਰੀ ਮੁੰਡਿਆਂ ਨੇ ਕੱਪੜੇ ਪਾੜ ਦੇਣੇ ਰਾਜੇ ਭੇਜ ਦਿਓ ਜਲਦੀ ਮੇਰੇ ਕੋਲ ਬੇਨਤੀਆਂ ਤੁਹਾਨੂੰ ਆਹ ਪਾਈ ਹੋਏ ਰੇਟ ਤੇ ਵੇਖਦੇ ਵੀ ਭੰਡਾਰ ਦੋਨੇ ਵਾਲਾ ਬਹੁਤ ਸੋਹਣੇ ਅੰਦਾਜ਼ ਦੇ ਵਿੱਚ ਖੋਰ ਪੈਣ ਲੱਗਿਆ ਜਿੱਥੇ ਪਹਿਲੇ ਗੱਲ ਕੀਤੀ ਸੀ ਵੀ ਮਨਾਣੇ ਵਾਲਾ ਪੰਮਾ ਸਵਾਰੇ ਦੇ ਕਬੱਡੀ ਕੱਪ ਦਾ ਫੋੜਦਾ ਜੇ ਤੁਰਿਆ ਹੈ ਅੱਜ ਸਵਾਰੇ ਵਾਲਾ ਸੁੱਖਾ ਜਿੰਮ ਵਾਲਾ ਪੁੱਜਿਆ ਹੋਇਆ ਹੈ ਨਾਲ ਤਾਰਾ ਪੁੱਜਿਆ ਹੋਇਆ ਹੈ ਨਾਲ ਗੁਰਚਰਨ ਸ਼ੇਰਾ ਪੁੱਜਿਆ ਹੋਇਆ ਹੈ ਕਹਿੰਦੇ ਨਵੀਆਂ ਫਾਰਚੂਨਰ ਗੱਡੀਆਂ ਸਵਾਰੇ ਦੇ ਕੱਪ ਤੇ ਦਿੱਤੀਆਂ ਜਾਣਗੀਆਂ ਆਹ ਬੁਲਟ ਮੁੜਕੋ ਮੁੜਕੀ ਹੋਇਆ ਪਿਆ ਹੈ ਕਿ ਮੁੜਕੋ ਮੁੜਕੀ ਹੋ ਗਿਆ ਮਿੱਤਰੋ ਜ਼ੋਰ ਚੁਬਰਾਂ ਦਾ ਕਿ ਕੰਡਾ ਵੀ ਨਹੀਂ ਚੁਬਦਾ ਜਿਸਮ ਕਠੋਰ ਚੁਬਰਾਂ ਦਾ ਕਿ ਚੜ੍ਹਦੀ ਉਮਰ ਦਾ ਗਰਮ ਖੂਨ ਲੜਕਾਰੇ ਤਾਂ ਵੱਜਦੇ ਔਰ ਰਾਜੇ ਖੇਲੇ ਮਰਦ ਮਦਾਨੋ ਡਰ ਕੇ ਨਹੀਂ ਭੱਜਦੇ ਕੋਈ ਰਾਜੇ ਖੇਲੇ ਮਰਦ ਮਦਾਨੋ ਕਦੇ ਡਰ ਕੇ ਨਹੀਂ ਭੱਜਦੇ। ਲਓ ਸਿਰੇ ਦੀ ਟੱਕਰ ਹੈ ਦੋਨੋਂ ਟੀਮਾਂ ਦੇ ਦਰਮਿਆਨ ਆਹ ਮੁੱਲਾਪੁਰੀ ਹੈ ਜਤਿੰਦਰ ਜੱਟ ਦਾ 1 ਲੱਖ ਹੈ 1 ਲੱਖ ਹੈ। ਲਓ ਸਾਹਮਣੇ ਕਰੀਰ ਸ਼ਾਜੀ ਕਰੀਰ ਸ਼ਾਜੀ ਕਰੀਰ ਇਹ ਬੱਲੇ ਬੱਲੇ ਮੇਲਾ ਨੱਚ ਉੱਠਿਆ ਦੁਨੀਆ ਨਜ਼ਾਰੇ ਲੈ ਰਹੀ ਹੈ ਦੁਨੀਆ ਨਜ਼ਾਰੇ ਲੈ ਰਹੀ ਹੈ ਇੱਕ ਪਾਸੇ ਮਨਾਣਾ ਤੇ ਦੂਜੇ ਪਾਸੇ ਬਾਬਾ ਗਾਜੀ ਦਾਸ ਕਬੱਡੀ ਕਲੱਬ ਧਨੌਰੀ ਹੈ ਸਿਰੇ ਦੀ ਕਬੱਡੀ ਬੁਲਟ ਦੀ ਆਹ ਕਬੱਡੀ ਤੇ 500 ਬਾਈ ਪਿੱਟੂ ਧਨੌਰੀ ਵੱਲੋਂ ਬੁਲਟ ਦੀ ਆਹ ਰੇਡ ਤੇ 500 ਬਾਈ ਪਿੱਟੂ ਧਨੌਰੀ ਵੱਲੋਂ ਲੱਗ ਗਿਆ ਮੇਰੇ ਵੀਰੋ। ਲਓ ਸਾਹਮਣੇ ਪੈਂਦੀ ਰੇਡ ਹੈ ਆਹ ਸਾਹਮਣੇ ਵੇਖਦੇ ਹਾਂ ਵੀ ਕੌਣ ਟੱਕੂਗਾ ਕੌਣ ਹੰਦੇ ਦੂਰ ਕਰੂਗਾ। ਲਓ ਕੀਤਾ ਟੱਚ ਤੇ ਪੁਆਇੰਟ ਦਾ ਵਾਧਾ ਬੁਲਟ ਆਪਦੀ ਟੀਮ ਦੇ ਸੇ ਜ਼ੋਰ ਦਾ ਹੋਇਆ ਚੱਲ ਲੋ ਚੋਬਰਾ ਵਧਾ ਦੇ ਫਿਰ ਕਦਮਾ ਲਓ ਟਿੱਡਾ ਪੜਾਲ ਦੋਨੇ ਵਾਲਾ ਕਬੱਡੀ ਪਾ ਰਿਹਾ ਹੈ 5000 ਲੱਗਿਆ ਮਨੀ ਦੇ ਦੋ ਜੱਫਿਆਂ ਤੇ ਹਰਪ੍ਰੀਤ ਧਰਵਾਂ ਤੇ ਹਰਸ਼ ਬੈਸ ਵੱਲੋਂ ਆਓ ਚਟਾਣੇ ਵਾਲਾ ਇਹ ਵੀ ਸਿਰੇ ਸਿਰੇ ਦੇ ਇਹ ਵੀ ਖਰੇ ਖਰੇ ਡੱਕਦਾ ਹੈ ਇਹ ਵੀ ਚੋਟੀ ਦਾ ਮੇਰੇ ਵੀਰੋ। ਲਓ ਸਿਰੇ ਦੀ ਟੱਕਰ ਹੈ ਆਓ ਜੀਪਾਂ ਵਾਲੀਆਂ ਪੈ ਰਹੀਆਂ ਗੁਰੀ ਵਾਸੀ ਲੜੀਆਂ ਜੀਪਾਂ ਵਾਲੀਆਂ ਪੈ ਰਹੀਆਂ ਉੱਧਰ ਸ਼ਾਜੀ ਹੈ ਇੱਧਰ ਫੁਲਟ ਹੈ ਹੁਣ ਵੇਖਦੇ ਹਾਂ ਵੀ ਜੀਪ ਖੀਰਾ ਨੂੰ ਜਾਊ ਜਾਂ ਫਿਰ ਸ਼ਕਰਪੁਰ ਨੂੰ ਜਾਵੇਗੀ ਇਹ ਵੀ ਬਾਤਾਂ ਸਮੇਂ ਦੀਆਂ ਹੋਣਗੀਆਂ। ਰੇਡ ਪੈ ਗਈ ਤੇ ਕਕਰਾਲੀ ਸਾਹਿਬ ਮਨੀ ਦਾ ਹਰ ਇੱਕ ਜਫਾ ਮੋਹਣੀ ਸਰਪੰਚ ਵੱਲੋਂ 1000 ਦਾ ਹੋਵੇਗਾ ਤੇ ਜਟਾਣਿਆਂ ਵਾਲਾ ਕਲਵੀਰ ਜੇਕਰ ਜਫਾ ਲਾਵੇਗਾ ਉਹਦੇ ਲਈ ਵੀ ਕਹਿੰਦੇ ਮੋਹਣੀ ਸਰਪੰਚ ਬੜੌਦੀ ਵੱਲੋਂ 500 ਰੁਪਇਆ ਦਿੱਤਾ ਜਾਣਾ ਦਿਲੋਂ ਧੰਨਵਾਦ ਹੈ। ਗੁਰੀ ਵਾਸੀ ਦਾ ਕਬੱਡੀ ਕੱਪ ਹੈ ਆਹ ਦੁਨੀਆ ਨਜ਼ਾਰੇ ਮਾਰ ਰਹੀ ਹੈ ਪਰਮਿੰਦਰ ਬੈਨੀਪਾਲ ਝੋਟਾ ਜੱਟ ਕਹਿੰਦੇ ਵੀ ਮਨਾਣੇ ਦੇ ਕੱਪ ਤੇ ਨਵਾਂ ਟਰੈਕਟਰ ਦਿੱਤਾ ਹੈ ਤੇ ਅੱਜ ਜੀਪ ਸਪੋਂਸਰ ਕੀਤੀ ਹੋਈ ਹੈ ਬਾਈ ਦਾ ਦਿਲੋਂ ਧੰਨਵਾਦ ਹੈ ਆਹ ਮਨਾਣੇ ਵਾਲਾ ਮੰਨਾ ਪਰ ਜੱਗੂ
ਕਲਵੀਰ ਜਸਵੀਰ ਸਿੰਘ ਜੀ ਕੁਲਾਰ ਸ਼ਾਹ ਟਰਾਂਸਪੋਰਟ ਚੇਤਾ ਕਹਿੰਦੇ ਹਾਕਮ ਵਾਲੀਆ ਜੱਗੂ ਔਰ ਨਾਲ ਸੁਖਾ ਰਾਓ ਵਾਲੀਆ ਤੇ ਗੱਲ ਤੁਰਦੀ ਹੈ ਹੈਪੀ ਸਿੰਘ ਉਹਨਾਂ ਦੀ ਸਰਬਜੀਤ ਬਾਸੀ ਉਹਨਾਂ ਦੀ ਟਰਾਂਟੋ ਪੰਜਾਬੀ ਦਾ ਵੱਡਾ ਨਾਂ ਏ ਹਾਕਮ ਵਾਲੀਆ ਕਹਿੰਦੇ ਜੱਗੂ ਖੇਡਦਾ ਟਰਾਂਟੋ 'ਚ ਟਰਾਂਟੋ ਪੰਜਾਬ ਦੀ ਕਲੱਬ ਲਈ ਦੁਨੀਆਂ ਦੇ ਵਿੱਚ ਚਰਚੇ ਬੂਟੇ ਚਾਲ ਹੋਣਾ ਦੇ ਤਰੋਚਨ ਮੰਡ ਹੋਣਾ ਦੇ ਵੱਡਾ ਨਾਂ ਏ ਸੁਖੇ ਰੰਧਾਵੇ ਉਹਨਾਂ ਦੀ ਕਲੱਬ ਹੈ ਦੁਨੀਆਂ ਦੇ ਟੱਪਰ ਵਾਲੇ ਇਸ ਵਾਰੇ ਵੀ ਖਿਡਾਉਣ ਜਾ ਰਿਹਾ ਪਰ ਗੱਲਾਂ ਐਨ ਕਹਿੰਦੇ ਟਿਕਾਣੀ ਲੱਗਦੀ ਹੈ ਗੱਲਾਂ ਸਿਰੇ ਲੱਗਦੀਆਂ ਆਹ ਹਰਮਨ ਬੁਲਟ ਭਾਈ ਇਕੱਠ ਬਾਤ ਕਰ ਰਿਹਾ ਗਰਾਊਂਡ 'ਚ ਬਹਿ ਜਾਓ ਮੇਰਾ ਵੀਰ ਬਣ ਕੇ ਬੈਠ ਜਾਓ ਜਿਹਦਾ ਕੰਮ ਨਹੀਂ ਬਹਿ ਜਾਓ ਭਾਈ ਜਿਹੜੇ ਟੂਰਨਾਮੈਂਟ ਕਰਾਉਣ ਵਾਲੇ ਉਹ ਬਾਹਰ ਖੜੇ ਆ ਬਾਕੀ ਹੋਰ ਸਾਡੇ ਵੀਰ ਬੇਨਤੀ ਸਾਡੀ ਪ੍ਰਵਾਨ ਕਰ ਲਓ ਯਾਰ ਬਾਹਰ ਆ ਜਾਓ ਨਹੀਂ ਚੰਗਾ ਲੱਗਦਾ ਹਰ ਇੱਕ ਟੀਮ ਨਾਲ 10-10 ਸਪੋਰਟਰ ਖੜੇ ਆ ਪਲੀਜ਼ ਇੱਦਾਂ ਨਹੀਂ ਚੰਗਾ ਲੱਗਦਾ ਬਾਹਰਲੇ ਪਾਸੇ ਆ ਜਾਓ ਮਿਹਰਬਾਨੀ ਹੋਵੇਗੀ ਆਹ ਰੇਡ ਪਾਉਣੀ ਬੁਲਟ ਬੰਨਿਆ ਹੋਇਆ ਹੈ ਭਾਵੇਂ ਨੌਜਵਾਨਾਂ ਛਾਲਾ ਮਾਰਦਾ ਫਿਰਦਾ ਮੁੰਡਾ ਨਾ ਚੋਟੀ ਦਾ ਮੈਚ ਖੇਡਿਆ ਜਾ ਰਿਹਾ ਬੱਲੋ ਮਾਜਰੇ ਦੇ ਵਿੱਚ ਕਲਵੀਰ ਚਟਾਣੀ ਦਾ ਇੱਕ ਜਫਾ 2000 ਦਾ ਸਾਡੇ ਵੀਰ ਹਰਪ੍ਰੀਤ ਨੋਹਾ ਤੇ ਹਰਸ਼ ਬੈਂਸ ਵੱਲੋਂ 2000 ਦਾ ਹੋਵੇਗਾ ਨਾ ਚੋਟੀ ਦੀ ਟੱਕਰ ਇਹਨਾਂ ਟੀਮਾਂ ਦੇ ਦਰਮਿਆਨ ਹੈ ਲਵ ਸਾਹਮਣੇ ਮੈਦਾਨ ਦੇ ਵਿੱਚ ਸਿੱਖ ਸਰਦਾਰ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਚਾਰ ਮਾਵਾਂ ਦੇ ਬਲੀ ਪੁੱਤ ਨੇ ਹੁਣ ਕਾਣ ਜਫਾ ਲਾਵੇਗਾ ਇਹ ਹੈ ਧਨੌਰੀ ਵਾਲਾ ਮਨੀ ਮੇਰੇ ਵੀਰਿਓ ਲਓ ਗੱਲ ਮੁਸ਼ਕਿਲ ਬਣਾ ਗਿਆ ਤੇ ਅੰਕ ਛੋੜ ਗਿਆ ਮਨੀ ਦਾ ਇੱਕ ਲੱਗ ਗਿਆ ਵੱਡੇ ਬਣ ਲੱਗੇ ਹੋਏ ਹੈ ਬੋਲੇ ਸੋਨਿਹਾਲ ਸ੍ਰੀ ਅਕਾਲ ਮਨੀ ਦੇ ਦੋ ਹੋ ਗਏ ਬਹੁਤ ਬਹੁਤ ਧੰਨਵਾਦ ਇੱਕ ਵਾਰ ਜਾਂਦੇ ਜਾਂਦੇ ਬਾਈ ਤਾੜੀਆਂ ਮਾਰ ਦਿਓ ਗੁਰੀ ਵਾਸੀ ਦੇ ਨਾਂ ਦੀਆਂ ਵੱਡਾ ਮੇਲਾ ਕਰਵਾਇਆ ਬਾਈ ਦੇ ਜਾਂਦੇ ਜਾਂਦੇ ਜ਼ੋਰਦਾਰ ਤਾੜੀਆਂ ਮਾਰ ਦਿਓ ਬਾਈ ਉਹਨਾਂ ਦੀ ਕਲੱਬ ਲਈ ਬਹੁਤ ਬਹੁਤ ਧੰਨਵਾਦ ਹੈ ਮਨੀ ਨੂੰ ਵੀ ਬਹੁਤ ਸਾਰੀ ਮਾਇਆ ਸਾਡਾ ਵੀਰ ਮੰਚ ਬੜਾਉਂਦੀ ਬੈਨੀਪਾਲ ਉਹਨਾਂ ਨੇ ਬਹੁਤ ਸਾਰਾ ਸਤਿਕਾਰ ਪੂਜਾ ਕੀਤਾ ਬੁਲਟ ਹੀਰਾ ਵਾਲੀ ਬੁਲਟ ਕੀ ਬਾਤ ਹੈ ਕੋਈ ਆਇਆ ਪ੍ਰੀਤਾ ਗਿਆ ਪ੍ਰੀਤਾ ਮਾਰੀ ਕਦੇ ਢੋ ਨਾ ਕਬੱਡੀ ਤੇ ਕਪੂਰਥਲਾ ਚੀਜ਼ਾਂ ਕੋਈ ਦੋ ਨਾ ਕਬੱਡੀ ਤੇ ਕਪੂਰਥਲਾ ਚੀਜ਼ਾਂ ਕੋਈ ਦੋ ਨਾ ਇਹ ਸਾਡੇ ਹਰਮਨ ਬੁਲਟ ਦੀ ਫਰਮਾਇਸ਼ ਸੀਗੀ ਹਰਮਨ ਬੁਲਟ ਬੈਸਟ ਰੇਡਰ ਬਾਈ ਅੱਧੇ ਕੱਪ ਦੀ ਫਸਟ ਟੀਮ ਬਾਬਾ ਗਾਜੀ ਦਾ ਸੁਨਹਿਰੀ ਦੀ ਟੀਮ ਫਸਟ ਤੇ ਮਨਾਣੇ ਦੀ ਟੀਮ ਸੈਕੰਡ ਰਹੀ ਹੈ ਹੁਣ ਬੈਸਟ ਸੁਣ ਲਿਓ 18 ਕਬੱਡੀਆਂ ਪਾ ਕੇ 16 ਅੰਕ ਹਾਸਲ ਕਰਕੇ ਅੱਜ ਦੇ ਕੱਪ ਦਾ ਬੈਸਟ ਰੇਡਰ ਹਰਮਨ ਬੁਲਟ ਖਿਡਾਰੀਆ ਤਾੜੀਆਂ ਮਾਰਦੇ ਜ਼ੋਰਦਾਰ ਤੇ ਜੱਗੂ ਹਾਕਮ ਵਾਲੀਆ ਕਲਵੀਰ ਜਟਾਣਾ ਦੋਨੋਂ ਬੈਸਟ ਜਾਫੀ ਲਾਣੇ ਗਏ ਹੈ ਜੱਗੂ ਹਾਕਮ ਵਾਲੀਆ ਤੇ ਕਲਵੀਰ ਜਟਾਣਾ ਤੇ ਨਾਲ ਬਣੀ ਧਨੌਰੀ ਇਹ ਆਪੋ ਆਪਣੀ ਸਹਿਮਤੀ ਆ ਟੀਮਾਂ ਦੀ ਸਾਂਝੇ ਤੌਰ ਤੇ ਬੈਸਟ ਰਹੀ ਹੈ ਤੇ ਇਹਨਾਂ ਨੇ ਤਕੜਾ ਪ੍ਰਦਰਸ਼ਨ ਕੀਤਾ ਹੈ ਜਾਂ ਫਿਰ ਟਾਪ ਦੇ ਰਾਏ ਹੈ